ਦੀਵਾਲੀ ਦੀਆਂ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦੀ ਹਾਂ। ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਸਭ ਦੇ ਜੀਵਨ ਵਿੱਚ ਰੋਸ਼ਨੀ ਭਰਿਆ ਇਹ ਜਗਮਗਾਉਂਦਾ ਹੋਇਆ ਦੀਵਾਲੀ ਦਾ ਤਿਉਹਾਰ ਜਿਹੜਾ ਹੈ ਸਭ ਦੇ ਘਰਾਂ ਵਿੱਚ ਆਏ। ਔਰ ਇੱਕ ਅਪੀਲ ਵੀ ਕਰਦੀ ਹਾਂ ਕਿ ਇਹ ਜਿਹੜੀ ਦੀਵਾਲੀ ਦਾ ਅਸੀਂ ਤਿਉਹਾਰ ਮਨਾ ਰਹੇ ਹਾਂ ਤਾਂ ਸਭ ਦੇ ਅੱਗੇ ਅਪੀਲ ਹੈਗੀ ਹੈ ਕਿ ਸਾਰੇ ਹੀ ਆਪਣੇ ਦੇਸ਼ ਦੀਆਂ ਚੀਜ਼ਾਂ ਨੂੰ ਹੀ ਯੂਜ਼ ਕਰਨ ਜਿਹੜੀਆਂ ਬਣਾਈਆਂ ਜਾਣ, ਨਾ ਕਿ ਬਾਹਰ ਦੀਆਂ। ਔਰ ਬੱਚਿਆਂ ਨੂੰ ਖਾਸ ਕਰਕੇ ਕਹਿਣਾ ਚਾਹੁੰਦੀ ਕਿ ਪਟਾਖਿਆਂ ਤੋਂ ਜਿਹੜਾ ਹੈ ਉਹ ਬਚ ਕੇ ਰਹਿਣ ਔਰ ਸੰਭਲ ਕੇ ਜਿਹੜਾ ਹੈ ਇਸ ਤਿਉਹਾਰ ਨੂੰ ਮਨਾਉਣ। ਸੋ ਮੈਂ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਦੀਵਾਲੀ ਦੀਆਂ ਸਭ ਨੂੰ ਵਧਾਈਆਂ ਦੇਣੀ।